ਹਾਂਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਗੁਰੂ ਕੇ ਬਾਗ ਦੇ ਉਹਦੇ ਇਤਿਹਾਸ ਬਾਰੇ ਪੜ੍ਹਿਆ ਸੀ ਵਿੱਚੇ, ਉਸ ਤੋਂ ਅੱਗੇ ਹੈਗਾ ਗੁਰੂ ਕੇ ਬਾਗ ਪੂਜਨ ਉਪਰੰਤ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਤੋਂ ਚੱਲੀਆਂ ਸਨ ਪੈਦਲ ਆਪਣਾ ਪੈਦਾ ਤੈਅ ਕਰਦੇ ਹੋਏ, ਤੇ ਉਹ ਜਦੋਂ ਉਧਰ ਦੀ ਸੰਗਤ ਨਾਲ ਮਿਲ ਗਏ ਸੀ ਰਸਤੇ ਵਿੱਚ, ਨਾਲੇ ਜਿਹੜੇ ਜਿਨ੍ਹਾਂ ਨੇ ਕਿਤਾਬ ਲਿਖੀ ਉਹ ਲੇਖਕ ਵੀ, ਤੇ ਉਹਨਾਂ ਦਾ ਅੱਗੇ ਦੇਖਦੇ ਹਾਂ ਗੁਰੂ ਕੇ ਬਾਗ ਪੂਜਨ ਉਪਰੰਤ ਕੀ ਹੋਇਆ ਸੀ। ਜਦੋਂ ਮੈਂ ਗੁਰਦੁਆਰੇ ਪੁੱਜਾ ਤਾਂ ਮੈਨੂੰ ਇਹ ਵੇਖ ਕੇ ਵੱਡੀ ਹੈਰਾਨੀ ਹੋਈ ਕਿ ਉੱਥੇ ਬਾਵਜੂਦ ਇੰਨੀ ਖਲਕਤ ਦੇ ਇਕੱਠੇ ਹੋਣ ਦੇ ਉਹਨਾਂ ਅੰਦਰ ਰਤਾ ਭਰ ਜੋਸ਼ ਜਾਂ ਗਰਮੀ ਨਹੀਂ ਸੀ, ਜਿਸਦਾ ਹੋਣਾ ਮੈਂ ਜ਼ਰੂਰੀ ਸਮਝਦਾ ਸੀ। ਅੰਦਰ ਇੱਕ ਆਦਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੇ ਸਹਿਜ ਭਾਅ ਨਾਲ ਕਰ ਰਿਹਾ ਸੀ ਅਤੇ ਸਾਰੀ ਸੰਗਤ ਵੱਡੀ ਸ਼ਾਂਤੀ ਨਾਲ ਚੁੱਪਚਾਪ ਪਾਠ ਸੁਣ ਰਹੀ ਸੀ। ਇੱਕ ਹੋਰ ਬੰਨੇ ਕੁਝ ਸੇਵਾਦਾਰ ਇੱਕ ਹੋਰ ਬੰਨੇ ਕੁਝ ਸੇਵਾਦਾਰ ਆਏ ਯਾਤਰੂਆਂ ਦੇ ਸ਼ਾਮ ਦੇ ਲੰਗਰ ਵਾਸਤੇ ਚੱਕੀ ਤੇ ਆਟਾ ਪੀ ਰਹੇ ਸਨ। ਇੱਥੇ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਜੱਥੇ ਦੀ ਮਾਰ ਕੁਟਾਈ ਸ਼ੁਰੂ ਹੋ ਚੁੱਕੀ ਸੀ ਅਤੇ ਕਈ ਸਿੰਘ ਇਸ ਤੋਂ ਪਹਿਲਾਂ ਮਾਰੇ ਕੁੱਟੇ ਜਾ ਚੁੱਕੇ ਸਨ। ਮੈਂ ਇੱਕ ਆਦਮੀ ਨੂੰ ਪੁੱਛਿਆ ਤਾਂ ਮੈਨੂੰ ਪਤਾ ਲੱਗਾ ਕਿ ਮਾਰ ਕੁਟਾਈ ਤਾਂ ਚੱਲ ਰਹੀ ਸੀ। ਮੈਂ ਫੌਰਨ ਉਸ ਬੰਨੇ ਅੱਗੋਂ ਵਧਿਆ ਤਾਂ ਮੈਂ ਵੇਖਿਆ ਕਈ ਸੌ ਆਦਮੀ ਇੱਕ ਖੁੱਲੇ ਥਾਂ ਬੈਠੇ ਮਾਰ ਕੁਟਾਈ ਹੁੰਦੀ ਆਪਣੀਆਂ ਅੱਖਾਂ ਸਾਹਮਣੇ ਵੇਖ ਰਹੇ ਸਨ। ਉਹਨਾਂ ਦੇ ਚਿਹਰਿਆਂ ਤੋਂ ਉਸ ਦ੍ਰਿਸ਼ ਦੀ ਭਿਆਨਕਤਾ ਅਤੇ ਉਹਨਾਂ ਦੇ ਅੰਦਰ ਦੀ ਪੀੜ ਦਾ ਅੰਦਾਜ਼ਾ ਕੀਤਾ ਜਾ ਸਕਦਾ ਸੀ। ਜਿੱਥੇ ਮਾਰ ਕੁਟਾਈ ਹੋ ਰਹੀ ਸੀ ਉਸ ਥਾਂ ਅਤੇ ਮੇਰੇ ਵਿਚਾਲੇ ਇੱਕ ਮਕਾਨ ਦਾ ਓਹਲਾ ਸੀ, ਪਰ ਦਰਸ਼ਕ ਲੋਕ ਮੇਰੇ ਸਾਹਮਣੇ ਸਨ। ਮੈਂ ਵੇਖਿਆ ਕਿ ਇਹ ਬਿਲਕੁਲ ਚੁੱਪ ਚਾਪ ਸਨ, ਪਰ ਬਹੁਤਿਆਂ ਦੇ ਬੁੱਲ ਫੜਕਦੇ ਅਤੇ ਅਕਾਲ ਪੁਰਖ ਅੱਗੇ ਅਰਜ਼ੋਈਆਂ ਕਰ ਰਹੇ ਪ੍ਰਤੀਤ ਹੁੰਦੇ ਸਨ। ਉਹਨਾਂ ਨੂੰ ਇਹੋ ਹੀ ਸਿਖਾਇਆ ਗਿਆ ਹੋਇਆ ਸੀ ਕਿ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਸ ਦੀ ਮਿਹਰ ਤੇ ਅਤੇ ਬਖਸ਼ਿਸ਼ ਦੀ ਜਾਚਨਾ ਕਰਨ। ਉਹਨਾਂ ਲੋਕਾਂ ਦੇ ਚਿਹਰਿਆਂ ਪਰ ਪੀੜਾਂ ਦੇ ਆਸਾਰ ਅਤੇ ਖਾਮੋਸ਼ੀ ਅੰਦਰ ਉਹਨਾਂ ਦੇ ਚਿਹਰਿਆਂ ਤੋਂ ਉੱਠ ਰਹੀਆਂ ਅਰਦਾਸਾਂ ਮੈਨੂੰ ਹਜ਼ਰਤ ਈਸਾ ਮਸੀਹ ਦੀ ਸੂਲੀ ਦਾ ਅਕਸ਼ ਵਿਖਾ ਰਹੀਆਂ ਸਨ। ਉਹਨਾਂ ਨਾਲ ਜੋ ਬੀਤ ਰਹੀ ਸੀ ਉਹ ਸੱਚਮੁੱਚ ਹੀ
ਈਸਾ ਮਸੀਹ ਦੇ ਸੂਲੀ ਚੜ੍ਹਨ ਦਾ ਧੁੰਦਲਾ ਜਿਹਾ ਚਿੱਤਰ ਸੀ। ਵਟ ਆਰ ਹੈਪਿੰਗ ਟੂ ਦੈਨ ਵਾਸ ਟਰੂਲੀ ਇਨ ਸਮ ਡਿਮ ਵੇ ਅ ਸਰਕੀਫਿਕੇਸ਼ਨ। ਅਕਾਲੀਆਂ ਉੱਪਰ ਵਰਾਈ ਜਾ ਰਹੀ ਮੁਸੀਬਤਾਂ ਦੀ ਅੱਗ ਨੂੰ ਉਹ ਅੰਮ੍ਰਿਤ ਦੇ ਛੱਟਿਆਂ ਸਮਾਨ ਸਮਝਦੇ ਸਨ ਅਤੇ ਆਪਣੇ ਦਰਦ ਭਰੇ ਹਿਰਦਿਆਂ ਦੀ ਡੂੰਘਾਈ ਤੋਂ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਮਿਹਰ ਲਈ ਅਰਦਾਸਾਂ ਭੇਜ ਰਹੇ ਸਨ। ਹੁਣ ਤੱਕ ਮਾਰ ਕੁਟਾਈ ਦਾ ਦ੍ਰਿਸ਼ ਮੈਂ ਨਹੀਂ ਵੇਖਿਆ ਸੀ, ਕੇਵਲ ਹੋਰ ਦਰਸ਼ਕਾਂ ਦੇ ਚਿਹਰਿਆਂ ਤੋਂ ਹੀ ਇਸ ਦਾ ਅਨੁਮਾਨ ਲਾਇਆ ਸੀ। ਪਰ ਜਦੋਂ ਮੈਂ ਵਿਚਾਲੇ ਵਾਲੇ ਮਕਾਨ ਤੋਂ ਅੱਗੇ ਲੰਘ ਇਸ ਨੂੰ ਆਪਣੀ ਅੱਖੀ ਵੇਖਿਆ ਤਾਂ ਮੈਨੂੰ ਮੈਦਾਨ ਵਿੱਚ ਬੈਠੇ ਦਰਸ਼ਕਾਂ ਦੇ ਪੀੜਤ ਚਿਹਰਿਆਂ ਅਤੇ ਉਹਨਾਂ ਦੇ ਫਰਕਦੇ ਬੁੱਲਾਂ ਵਿੱਚੋਂ ਨਿਕਲ ਰਹੀਆਂ ਅਰਦਾਸਾਂ ਦੀ ਸਮਝ ਪਈ। ਇਹ ਅਜਿਹਾ ਦ੍ਰਿਸ਼ ਸੀ ਜਿਸ ਨੂੰ ਮੁੜ ਵੇਖਣ ਦੀ ਮੇਰੀ ਚਾਹ ਕਦੀ ਨਹੀਂ ਹੋ ਸਕਦੀ, ਨਾ ਕਦੀ ਕੋਈ ਅੰਗਰੇਜ਼ ਇਸ ਨੂੰ ਸਹੀ ਮੰਨ ਸਕਦਾ ਹੈ। ਮੈਂ ਵੇਖਿਆ ਕਾਲੀਆਂ ਦਸਤਾਰਾਂ ਵਾਲੇ ਚਾਰ ਅਕਾਲੀ ਦਰਜਨ ਕੁ ਪੁਲਸੀਆਂ, ਜਿਨ੍ਹਾਂ ਵਿੱਚ ਦੋ ਅੰਗਰੇਜ਼ ਸਨ, ਦੇ ਸਾਹਮਣੇ ਖੜੇ ਸਨ। ਮੇਰੇ ਵੇਖਣ ਤੋਂ ਪਹਿਲੇ ਇਹ ਚਾਰੇ ਹੌਲੀ ਹੌਲੀ ਚੱਲਦੇ ਉੱਥੇ ਪੁੱਜੇ ਸਨ ਜਿੱਥੇ ਉਹ ਬਿਲਕੁਲ ਅਹਿਲ ਖੜੇ ਸਨ ਅਤੇ ਅੱਗੇ ਨਹੀਂ ਵੱਧ ਰਹੇ ਸਨ। ਉਹਨਾਂ ਦੇ ਹੱਥ ਜੁੜੇ ਹੋਏ ਸਨ ਅਤੇ ਐਉਂ ਲੱਗਦਾ ਸੀ ਜਿਵੇਂ ਉਹ ਅਰਦਾਸ ਕਰ ਰਹੇ ਹੋਣ। ਉਹ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਭੜਕਾਹਟ ਮਿਲਣ ਦੇ ਬਗੈਰ ਹੀ ਇੱਕ ਅੰਗਰੇਜ਼ ਨੇ ਪਿੱਤਲ ਦੀ ਸਮ ਵਾਲੀ ਡਾਂਗ ਦੀ ਐਨੇ ਜ਼ੋਰ ਦੀ ਇੱਕ ਹੁੱਜ ਮਾਰੀ ਕਿ ਉਸ ਦੀ ਮੁੱਠੀ ਜਿਸ ਵਿੱਚ ਉਸਨੇ ਡਾਂਗ ਫੜੀ ਹੋਈ ਸੀ ਅਰਦਾਸ ਕਰ ਰਹੇ ਅਕਾਲੀ ਦੀ ਹੰਸਲੀ ਦੀ ਹੱਡੀ ਤੇ ਬੜੇ ਜ਼ੋਰ ਦੀ ਵੱਜੀ। ਬੁਜਲਾਨਾ ਦੇ ਕੋਝੇ ਵਾਰ ਨੂੰ ਵੇਖ ਕੇ ਮੇਰੇ ਲਈ ਆਪਣੇ ਆਪ ਨੂੰ ਸੰਭਾਲਣਾ ਵੀ ਬੜਾ ਮੁਸ਼ਕਲ ਸੀ, ਪਰ ਮੈਂ ਇਸ ਗੱਲ ਤੇ ਆਪਣਾ ਮਨ ਇੰਨਾ ਪੱਕਾ ਕੀਤਾ ਹੋਇਆ ਸੀ ਕਿ ਭਾਵੇਂ ਕੁਝ ਵੀ ਹੋਵੇ ਮੈਂ ਨਾ ਕੁਝ ਕਹਿਣਾ ਹੈ ਅਤੇ ਨਾ ਕਰਨਾ ਹੈ, ਕੇਵਲ ਵੇਖਣਾ ਹੀ ਹੈ, ਕਿਉਂਕਿ ਮੈਂ ਸਮਝਦਾ ਸਾਂ ਕਿ ਉਹ ਸੁਗੰਧ ਜੋ ਅੱਗੋਂ ਹੱਥ ਨਾ ਚੁੱਕਣ ਸੰਬੰਧੀ ਅਕਾਲੀਆਂ ਨੇ ਖਾਧੀ ਹੋਈ ਸੀ ਮੇਰੇ ਲਈ ਵੀ ਉਨੀ ਹੀ ਪਵਿੱਤਰ ਸੀ ਜਿੰਨੀ ਉਹਨਾਂ ਲਈ। ਮੈਂ ਚੁੱਪ ਰਹਿਣ ਲਈ ਮੈਂ ਮਜਬੂਰ ਸਾਂ, ਪਰੰਤੂ ਜਿਨ੍ਹਾਂ ਨੇ ਇਹ ਦ੍ਰਿਸ਼ ਆਪਣੀ ਅੱਖੀ ਨਹੀਂ ਵੇਖਿਆ
ਉਹਨਾਂ ਨੂੰ ਇਹ ਦੱਸਣਾ ਕਠਿਨ ਹੈ ਕਿ ਅਜਿਹਾ ਖਾਮੋਸ਼ ਰਵੱਈਆ ਅਪਣਾਉਣਾ ਕਿੰਨਾ ਮੁਸ਼ਕਲ ਸੀ। ਜਿਹੜੀ ਹੁੱਜ ਅਕਾਲੀ ਸਿੱਖ ਨੂੰ ਵੱਜਦੀ ਮੈਂ ਵੇਖੀ ਸੀ, ਉਹ ਇੰਨੀ ਸਖਤ ਸੀ ਕਿ ਉਹ ਜੁਫਾਲ ਪੁੰਜੇ ਜਾ ਪਿਆ। ਉਸਨੇ ਪਾਸਾ ਪਰਤਿਆ ਅਤੇ ਔਖ ਸੋਖ ਕਰਕੇ ਉੱਠਿਆ ਹੀ ਸੀ ਕਿ ਉਸੇ ਤਰ੍ਹਾਂ ਦਾ ਵਾਰ ਉਸ ਤੇ ਮੁੜ ਹੋਇਆ। ਇਸ ਤਰ੍ਹਾਂ ਉਹਨਾਂ 400 ਜਿਹੜਾ ਵੀ ਅਗ ਚਾਰ ਚੋਂ ਉਹਨਾਂ ਚਾਰ ਚੋਂ ਜਿਹੜਾ ਵੀ ਅੱਗੇ ਵੱਧਦਾ ਉਸ ਨੂੰ ਮਾਰ ਮਾਰ ਕੇ ਪੁੰਜੇ ਸੁੱਟਿਆ ਜਾਂਦਾ। ਕਈ ਅੰਗਰੇਜ਼ ਅਫਸਰ ਮਾਰਦਾ, ਵਾਹਿਗੁਰੂ, ਦੁਬਾਰਾ ਪੜ੍ਹਦੀ ਹਾਂ ਮੈਂ। ਕਦੀ ਅੰਗਰੇਜ਼ ਅਫਸਰ ਮਾਰਦਾ ਅਤੇ ਕਦੀ ਉਸਦਾ ਮਾਤੇਹਰ ਪੁਲਿਸ ਮਾਤੇਹਤ ਪੁਲਿਸ ਦਾ ਕੋਈ ਸਿਪਾਹੀ। ਪਰ ਪਿੱਛੋਂ ਆਏ ਤਿੰਨਾਂ ਅਕਾਲੀਆਂ ਨੂੰ ਛੇਤੀ ਹੀ ਪੁੰਜੇ ਸੁੱਟ ਲਿਆ ਗਿਆ। ਇਹਨਾਂ ਉੱਪਰ ਅਤੇ ਇਹਨਾਂ ਤੋਂ ਪਿੱਛੇ ਆਏ ਅਕਾਲੀਆਂ ਉੱਪਰ ਪੁਲਿਸ ਵੱਲੋਂ ਜਿਤਨੇ ਵੀ ਵਾਰ ਹੋਏ ਉਹ ਅਤ ਵੈਸ਼ਿਆਨਾ ਸਨ। ਇੱਕ ਸਾਹਮਣੇ ਪਏ ਨਿਢਾਲ ਹੋਏ ਸਿੱਖ ਦੇ ਪੇਟ ਪਰ ਇੱਕ ਸਿਪਾਹੀ ਨੂੰ ਕੱਸ ਕੇ ਠੁੱਡਾ ਮਾਰਦਿਆਂ ਮੈਂ ਆਪਣੀ ਅੱਖੀ ਵੇਖਿਆ। ਇਹ ਇੰਨੀ ਨਿਚਤਾ ਭਰੀ ਜ਼ਰਬ ਸੀ ਕਿ ਮੇਰੀ ਚੀਕ ਨਿਕਲ ਗਈ ਅਤੇ ਮੈਂ ਅੱਗੇ ਵਧਣੋਂ ਨਾ ਰਹਿ ਸਕਿਆ। ਪਰ ਛੇਤੀ ਹੀ ਪਿੱਛੋਂ ਮੈਨੂੰ ਇਸ ਤੋਂ ਵੀ ਵਧੇਰੇ ਘਿਰਨਾਜਨਕ ਘਟਨਾ ਵੇਖਣ ਦਾ ਮੌਕਾ ਮਿਲਿਆ। ਉਹ ਸੀ ਕਿ ਇੱਕ ਪੁਲਸੀਏ ਦਾ ਪੁੰਜੇ ਪਟਕਾਏ ਇੱਕ ਅਕਾਲੀ ਦੇ ਮੋਢੇ ਅਤੇ ਗਰਦਨ ਵਿਚਾਲੇ ਬੂਟਾਂ ਸਮੇਤ ਉੱਪਰ ਚੜ ਜਾਣਾ ਅਤੇ ਉਸ ਉੱਤੇ ਪੂਰਾ ਦਬਾ ਦੇਣਾ। ਇੰਨਾ ਹੀ ਘਿਰਨਾਜਨਕ ਪੁਲਿਸ ਦਾ ਇੱਕ ਵਾਰ ਡਿੱਗੇ ਪਏ ਮਨੁੱਖ ਦੇ ਪਾਸ ਖੜੇ ਇੱਕ ਅਕਾਲੀ ਉੱਪਰ ਪਿਆ। ਇਸ ਵਾਰ ਨੇ ਉਸ ਅਕਾਲੀ ਨੂੰ ਆਪਣੇ ਡਿੱਗੇ ਪਏ ਬੇਹੋਸ਼ ਸਾਥੀ ਦੇ ਨਾਲ ਲਿਟਾ ਦਿੱਤਾ, ਜਦੋਂ ਕਿ ਉਸ ਬੇਹੋਸ਼ ਨੂੰ ਦੋ ਸੇਵਾਦਾਰ ਉੱਥੋਂ ਚੁੱਕਣ ਲੱਗੇ ਸਨ। ਸਿਪਾਹੀ ਦਾ ਇਹ ਵਾਰ ਇਹਨੇ ਵੇਸ਼ਿਆਨੇ ਤੇ ਨਿਸ਼ਠਾ ਭਰੇ ਇਰਾਦੇ ਨਾਲ ਕੀਤਾ ਗਿਆ ਸੀ ਕਿ ਇਹ ਆਸ ਲਾਏ ਹੋਏ ਸਨ ਕਿ ਅੰਗਰੇਜ਼ ਅਫਸਰ ਪੁਲਿਸ ਦੇ ਇਹ ਅਤੇ ਹੋਰ ਅਜਿਹੇ ਵਾਰ ਕਰਨ ਵਾਲੇ ਸਿਪਾਹੀਆਂ ਨੂੰ ਜ਼ਰੂਰ ਝਾੜ ਪਾਏਗਾ। ਪਰ ਜਿੱਥੋਂ ਤਾਈਂ ਮੈਂ ਵੇਖ ਸਕਿਆ ਹਾਂ, ਉਸ ਅਫਸਰ ਨੇ ਇੱਕ ਵਾਰ ਵੀ ਆਪਣੇ ਆਦਮੀਆਂ ਨੂੰ ਅਜਿਹਾ ਨਾ ਕਰਨ ਲਈ ਨਹੀਂ ਤਾੜਿਆ। ਮੈਂ ਇਹ ਸਾਰੀਆਂ ਗੱਲਾਂ ਗਵਰਨਰ ਸਾਹਿਬ ਅਤੇ ਹੋਰ ਹਰ ਅਫਸਰ ਨੂੰ ਜਿਨ੍ਹਾਂ ਨੂੰ ਉਸ ਤੋਂ ਪਿੱਛੋਂ ਮੈਂ ਮਿਲਿਆ ਚੰਗੀ ਤਰ੍ਹਾਂ ਖੋਲ ਕੇ ਦੱਸੀਆਂ। ਇਸ ਸਾਰੇ ਦ੍ਰਿਸ਼ ਅੰਦਰ ਵਰਤਿਆ ਵਹਿਸ਼ੀਪਨਾ ਅਤੇ ਇਨਸਾਨੀਅਤ ਤੋਂ ਗਿਰਿਆ ਹੋਇਆ ਵਰਤਾਓ ਹੋਰ ਵੀ ਅਕਥ ਹੋ ਜਾਂਦਾ ਹੈ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਜਿਨ੍ਹਾਂ ਮਨੁੱਖਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਇਹ ਸਾਰਾ ਸਮਾਂ ਹੀ ਅਰਦਾਸ ਅੰਦਰ ਜੁੜੇ ਹੋਏ ਸਨ ਅਤੇ ਉਹਨਾਂ ਇਸ ਗੱਲ ਦੀ ਸਹੁੰ ਚੁੱਕੀ ਹੋਈ ਸੀ ਕਿ ਉਹ ਮਨ ਬਚਨ ਤੇ ਕਰਮ ਕਰਕੇ
ਖਾਮੋਸ਼ ਤੇ ਸ਼ਾਂਤ ਰਹਿਣਗੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਨ੍ਹਾਂ ਅਕਾਲੀ ਸਿੱਖਾਂ ਨੇ ਇਹ ਸੁਗੰਧ ਖਾਧੀ ਹੋਈ ਸੀ, ਭਾਵੇਂ ਉਹ ਇਹ ਸੁਗੰਧ ਦਰਬਾਰ ਸਾਹਿਬ ਤੋਂ ਤੁਰਨ ਸਮੇਂ ਉਠਾਈ ਸੀ ਜਾਂ ਗੁਰੂ ਕੇ ਬਾਗ ਦੁਆਰੇ ਵਿੱਚ ਜਾਂ ਕਿ ਗੁਰੂ ਕੇ ਬਾਗ ਗੁਰਦੁਆਰੇ ਵਿੱਚ, ਇਹਨਾਂ ਵਿੱਚ ਬਹੁਤ ਸਾਰੇ ਫੌਜੀ ਸਨ। ਉਹਨਾਂ ਨੇ ਫਲਾਂਡਰਸ, ਫਰਾਂਸ, ਮੈਸੋਪੋਟੇਮੀਆ ਅਤੇ ਪੂਰਬੀ ਅਫਰੀਕਾ ਵਿੱਚ ਬਹੁਤ ਸਾਰੇ ਯੁੱਧਾਂ ਜੰਗਾਂ ਵਿੱਚ ਭਾਗ ਲਿਆ ਸੀ। ਉਹਨਾਂ ਵਿੱਚੋਂ ਕਈਆਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਫੱਟੜ ਅੰਗਰੇਜ਼ਾਂ ਦੀਆਂ ਜਾਨਾਂ ਬਚਾਈਆਂ ਹੋਣਗੀਆਂ, ਪਰ ਹੁਣ ਉਸੇ ਹਕੂਮਤ ਦੇ ਨੌਕਰ, ਅੰਗਰੇਜ਼ ਕਰਮਚਾਰੀਆਂ ਹੱਥੋਂ ਉਹ ਮਾਰ ਪਟਕਾਏ ਜਾ ਰਹੇ ਸਨ, ਜਿਸ ਦੇ ਅਧੀਨ ਇਹਨਾਂ ਨੇ ਇਹ ਲੜਾਈਆਂ ਲੜੀਆਂ ਸਨ। ਭਾਵੇਂ ਇਸ ਮਾਰ ਕੁਟਾਈ ਦਾ ਹਰ ਵਾਰ ਸਹਿਣਾ ਉਹਨਾਂ ਦੀ ਹੇਠੀ ਅਤੇ ਨਿਰਾਦਰੀ ਦਾ ਸੂਚਕ ਸੀ, ਪਰੰਤੂ ਉਹ ਇਹਨਾਂ ਨੂੰ ਚੁੱਪਚਾਪ ਸਹੀ ਜਾਣ ਲਈ ਮਜਬੂਰ ਸਨ, ਅਤੇ ਜਿਸ ਸਾਹਸ ਨਾਲ ਇਹ ਵਾਰ ਸਹਿਆ ਜਾਂਦਾ ਸੀ ਉਹ ਸਹਿਣ ਵਾਲੇ ਦੀ ਮਹਾਨ ਜਿੱਤ ਦਾ ਲਖਾਇਕ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।